ਜੇ ਤੁਸੀਂ ਸੋਚਿਆ ਵਾ ਤਾਂ ਵਧੀਆ ਹੀ ਸੋਚਿਆ ਹੋਊਗਾ ਬਸ। ਹਾਂ ਮੈਂ ਤੈਨੂੰ ਪਲਾਨ ਦੱਸਦਾ ਵਾਂ, ਫਿਰ ਉਸ ਹਿਸਾਬ ਨਾਲ ਆਪਾਂ ਅੱਗੇ ਤੁਰਾਂਗੇ। ਠੀਕ ਹੈ, ਤੁਹਾਡੀ ਸਟੱਡੀ ਚੱਲੀ ਜਾਊਗੀ, ਨਾਲੇ ਤੁਹਾਡਾ ਘਰ ਦਾ ਖਰਚਾ ਚੱਲੀ ਜਾਊਗਾ। ਵੀਰੇ ਨਾਲੇ ਤੁਹਾਡਾ ਦਿਲ ਲੱਗਿਆ ਹੀ ਹੋਇਆ ਇੱਥੇ, ਕੋਈ ਪ੍ਰੋਬਲਮ ਤਾਂ ਨਹੀਂ ਸਾਡੇ ਵੱਲੋਂ? ਨਹੀਂ ਨਹੀਂ ਵੀਰੇ, ਬਿਲਕੁਲ ਨਹੀਂ। ਫਿਰ ਐਵੇਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਹਟਣ ਬਾਰੇ ਨਾ ਸੋਚੋ, ਅਸੀਂ ਕੋਈ ਹੋਰ ਬੰਦਾ ਰੱਖਣਾ ਰੱਖ ਲਾਂਗੇ, ਪਰ ਤੁਸੀਂ 2:30 ਵਜੇ ਇੱਥੇ ਆ ਜਾਇਆ ਕਰੋ, 2:30 ਤੋਂ ਜਿਹੜਾ 7-8। ਵੀਰੇ ਮੈਂ ਨਾ ਸਾਰੇ ਅਕਾਊਂਟ ਸੈੱਟ ਕਰ ਲਏ ਆ। ਅੱਛਾ, ਅਤੇ ਜਿਹੜਾ ਤੁਹਾਡਾ ਯੂਟਿਊਬ ਵਾਲਾ ਅਕਾਊਂਟ ਹੈ ਸੁਰਿੰਦਰ ਸਿੰਘ ਪੇਜ, ਉਹ ਮੈਂ ਹੈਂਡਲ ਕਰੂੰਗਾ। ਬਸ ਠੀਕ ਹੈ, ਯੂਟਿਊਬ 'ਤੇ ਚਲੋ ਇੰਨਾ ਧਿਆਨ ਦੇਣਾ ਨੀਗਾ ਆਪਾਂ, ਫੇਸਬੁੱਕ 'ਤੇ ਠੀਕ ਹੈ ਵੀਰੇ, ਇੰਸਟਾਗ੍ਰਾਮ 'ਤੇ, ਵਟਸਐਪ 'ਤੇ ਠੀਕ ਹੈ, ਥੋੜ੍ਹਾ ਜ਼ਿਆਦਾ ਜ਼ੋਰ ਲਾਉਣਾ ਤਾਂ ਕਿ ਉੱਥੇ ਇਨਕੁਆਇਰੀ। ਕੀ ਹਾਲ ਆ? ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਲਾਡੀ ਨਹੀਂ ਆਇਆ? ਆ ਗਿਆ ਲਾਡੀ ਵੀ ਆਉਂਦਾ ਸੀ ਨਾਲ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਲਾਡੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਵਧੀਆ ਵੀਰੇ। ਤਿਆਰੀ ਆ ਫਿਰ? ਹਾਂਜੀ ਹਾਂਜੀ ਵੀਰੇ। ਚਲੋ ਇੱਕ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਦਾ। ਤੈਨੂੰ ਮੈਂ ਦੱਸ ਰਿਹਾ ਸੀ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ, ਆਪਾਂ ਸਾਰੇ ਹੈਂਡਲਸ ਦੇ ਉੱਤੇ ਵੀਡੀਓ ਪਾਇਆ ਕਰਾਂਗੇ। ਠੀਕ ਹੈ, ਜਿਵੇਂ ਤੇਰਾ ਹਰਜਿੰਦਰ ਸਿੰਘ ਪੇਜ ਫੇਸਬੁੱਕ 'ਤੇ ਹੈਗਾ ਉੱਤੇ ਪਾਵਾਂਗੇ, ਠੀਕ ਹੈ, ਸੁਰਿੰਦਰ ਸਿੰਘ ਪੇਜ ਆਪਣਾ ਇੱਧਰ ਹੈਗਾ, ਦੋਨੋਂ ਹੈਂਡਲਸ 'ਤੇ ਵੀਡੀਓ ਪਾ ਦਾਂਗੇ। ਠੀਕ ਹੈ, ਯੂਟਿਊਬ 'ਤੇ ਵੀ ਸੇਮ ਹੀ ਪਾ ਦਾਂਗੇ, ਜਿਹੜਾ ਵਟਸਐਪ ਅਤੇ ਇੰਸਟਾਗ੍ਰਾਮ ਆ ਉੱਥੇ ਥੋੜ੍ਹਾ ਜ਼ਿਆਦਾ ਅਪਡੇਟ ਰਹਿਣਾ ਪੈਣਾ। ਵੀਰੇ ਐਂ ਕਰਦੇ ਹਾਂ ਨਾ, ਇੰਸਟਾਗ੍ਰਾਮ 'ਤੇ ਅਕਾਊਂਟ ਤਾਂ ਇਹਨਾਂ ਦੋਨਾਂ ਦੇ ਵੀ ਹੋਣੇ ਆ। ਤੁਹਾਡੇ ਹੈਗੇ ਆ ਇੰਸਟਾਗ੍ਰਾਮ 'ਤੇ ਅਕਾਊਂਟ? ਹਾਂਜੀ ਵੀਰੇ ਹੈਗੇ, ਪਰ ਇਹ ਕਾਹਦੇ ਲਈ ਪੁੱਛ ਰਹੇ ਹੋ ਤੁਸੀਂ? ਹੁਣ ਆਪਾਂ ਨਾ ਯਾਰ ਜਿਵੇਂ ਕੋਸਮੈਟਿਕ ਦੇ ਪ੍ਰੋਡਕਟ ਤਾਂ ਹੈਗੇ ਹੀ ਨਹੀਂ ਆਪਣੇ ਕੋਲ। ਹਾਂਜੀ, ਅਸੀਂ ਸਾਡੀ ਕੋਸ਼ਿਸ਼ ਹੈ ਕਿ ਨਵੇਂ ਪ੍ਰੋਡਕਟ ਵੀ ਆਪਾਂ ਲਾਂਚ ਕਰੀਏ ਫਿਰ। ਠੀਕ ਹੈ ਠੀਕ ਹੈ, ਉਹ ਸਾਰੇ ਆਪਾਂ ਟਾਈਮ ਟੂ ਟਾਈਮ ਨਾ ਤੁਹਾਡੇ ਸਾਰਿਆਂ ਦੇ ਹੈਂਡਲਸ 'ਤੇ ਪਾਇਆ ਕਰਾਂਗੇ। ਅੱਛਾ ਜੀ, ਠੀਕ ਹੈ। ਜਿਵੇਂ ਤੁਸੀਂ ਆਹ ਟ੍ਰਾਈਪੋਡ ਰੱਖਿਆ ਵਾ, ਫੋਟੋ ਖਿੱਚਣ ਵਾਸਤੇ, ਫੋਟੋ ਵੀ ਅਤੇ ਵੀਡੀਓ ਵੀ ਅਪਲੋਡ ਕਰਿਆ ਕਰਾਂਗੇ। ਜਿਵੇਂ ਕੋਈ ਪ੍ਰੋਡਕਟ ਆਇਆ ਤਾਂ ਆਪਾਂ ਔਨਲਾਈਨ ਦਿਖਾਤਾ, ਕਈ ਵਾਰੀ ਕੀ ਹੁੰਦਾ ਘਰ ਬੈਠੇ ਕਸਟਮਰ ਨੂੰ ਨਾ ਸਾਰੀਆਂ ਚੀਜ਼ਾਂ ਦਿਖ ਜਾਂਦੀਆਂ ਨੇ, ਅਤੇ ਉਹ ਘਰ ਬੈਠੇ ਬੈਠੇ ਔਡਰ ਕਰ ਸਕਦਾ। ਠੀਕ, ਇੱਦਾਂ ਹੀ ਔਡਰ ਆਣਗੇ ਨਾ ਔਨਲਾਈਨ ਫਿਰ? ਹਾਂਜੀ ਹਾਂਜੀ, ਠੀਕ ਹੈ, ਜਿਹੜੇ ਲੋਕਲ ਔਡਰ ਹੋਣਗੇ ਆਪਾਂ ਇੱਥੋਂ ਭੁਗਤਾ ਦਿਆ ਕਰਾਂਗੇ। ਠੀਕ ਹੈ, ਹੁਣ ਆਪਣਾ ਟਾਰਗੇਟ ਕੀ ਆ? ਜਿਹੜੇ ਛੋਟੇ ਦੁਕਾਨਦਾਰ ਨੇ, ਠੀਕ ਹੈ, ਤੁਸੀਂ ਉਹਨਾਂ ਕੋਲ ਜਾਣਾ ਆਊਗਾ, ਤੁਹਾਨੂੰ ਅਸੀਂ ਪ੍ਰੋਡਕਟ ਦੇ ਬੈਨੀਫਿਟ ਵੀ ਦੱਸਾਂਗੇ, ਪ੍ਰੋਡਕਟ ਅੱਧੇ ਤਾਂ ਤੁਹਾਨੂੰ ਪਤਾ ਹੀ ਆ, ਜਿਹੜੇ ਨਵੇਂ ਲਾਂਚ ਕਰਾਂਗੇ ਉਹ ਤੁਹਾਨੂੰ ਸਮਝਾਵਾਂਗੇ, ਉੱਦਾਂ ਹੀ ਤੁਸੀਂ ਡੀਲ ਦਿਆ ਕਰਨੀ ਹੈ। ਓਕੇ, ਠੀਕ ਹੈ, ਤੁਹਾਡੇ ਹੈਂਡਲਸ 'ਤੇ ਵੀਡੀਓ ਪਾਇਆ ਕਰਾਂਗੇ। ਠੀਕ ਹੈ, ਜਿਹਦੇ ਹੈਂਡਲ ਤੋਂ ਜਿਹੜੀ ਇਨਕੁਆਇਰੀ ਆਈ, ਜਦੋਂ ਔਡਰ ਡਿਲੀਵਰ ਹੋ ਗਿਆ, ਪੇਮੈਂਟ ਆ ਗਈ, ਬਕਾਇਦਾ ਤੁਹਾਨੂੰ ਉਸ ਚੀਜ਼ ਦਾ ਇਨਸੈਂਟਿਵ ਵੀ ਦਿਆ ਕਰਾਂਗੇ, ਉਹ ਪਰਸੈਂਟੇਜ ਸੈੱਟ ਕਰ ਲਾਂਗੇ। ਠੀਕ ਹੈ ਵੀਰੇ, ਠੀਕ ਹੈ, ਹਾਂਜੀ ਠੀਕ ਹੈ ਜੀ, ਬਿਲਕੁਲ ਵੀਰੇ। ਕਿਸ ਨਾਮ 'ਤੇ ਅਕਾਊਂਟ ਤੇਰਾ? ਮੇਰਾ ਓਏ ਲਾਡੀ ਦੇ ਨਾਮ 'ਤੇ ਵੀਰੇ। ਅਤੇ ਤੇਰਾ? ਓਏ ਸਨੀ 'ਤੇ। ਓਏ ਲਾਡੀ, ਓਏ ਸਨੀ, ਹਾਂਜੀ, ਚਲੋ ਗੁੱਡ ਆ, ਯਾਦ ਕਰਨਾ ਵੀ ਸੁੱਖ ਹੈ। ਅਤੇ ਆਪਣਾ ਉਹੀ ਹਰਜਿੰਦਰ ਸਿੰਘ ਪੇਜ, ਸੁਰਿੰਦਰ ਸਿੰਘ ਪੇਜ, ਹੈ ਨਾ, ਚਲੋ ਗੁੱਡ। ਅਤੇ ਹੁਣ ਆਪਾਂ ਟਾਈਮ ਨਾ ਵੇਸਟ ਕਰੀਏ, ਹੈ ਨਾ, ਆਪਾਂ ਵੀਡੀਓ ਬਣਾ ਲੈਂਦੇ ਹਾਂ, ਅਤੇ 2:30 ਵਜੇ ਉਹਨਾਂ ਨੇ ਆ ਜਾਣਾ। ਫਿਰ ਅੱਜ ਮੌਸਮ ਠੀਕ ਆ, ਤੁਸੀਂ ਮਾਰਕੀਟ ਨਿਕਲੋ। ਹਾਂਜੀ ਹਾਂਜੀ, ਕੋਈ ਨਹੀਂ ਵੀਰੇ, ਦੱਬਣਾ ਨਹੀਂ ਗਾ, ਮੋਟੀਵੇਟ ਰਹਿਣਾ। ਠੀਕ ਹੈ, ਔਡਰ ਨਹੀਂ ਵੀ ਆਊਗਾ ਕੋਈ ਚੱਕਰ ਨਹੀਂ, ਇੱਕ ਦਿਨ ਨਹੀਂ ਆਊ, ਦੋ ਦਿਨ ਨਹੀਂ ਆਊ, ਤੀਜੇ ਦਿਨ ਕੋਈ ਨਾ ਕੋਈ ਹੱਥ ਆ ਜਾਊਗਾ। ਠੀਕ ਹੈ, ਸਾਰਿਆਂ ਨਾਲ ਪਿਆਰ ਨਾਲ ਡੀਲ ਕਰਨਾ, ਚੰਗੀ ਤਰ੍ਹਾਂ ਡੀਲ ਸਮਝਾਉਣੀ ਹੈ, ਕਿਸੇ ਨਾਲ ਮਿਸਬਿਹੇਵ ਨਹੀਂ ਕਰਨਾ, ਜੇ ਕੋਈ ਤੁਹਾਡੇ ਨਾਲ ਮਿਸਬਿਹੇਵ ਕਰਦਾ ਵੀ ਆ ਕੋਈ ਗੱਲ ਨਹੀਂ। ਠੀਕ ਹੈ, ਠੀਕ ਹੈ ਜੀ, ਚਲੋ ਗੁੱਡ, ਚੱਲ ਲਿਆ ਆਪਾਂ ਸ਼ੁਰੂ ਕਰੀਏ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ, ਅਤੇ ਵੈਲਕਮ ਟੂ ਹੈਪੀ ਸਟੋਰ। ਅਤੇ ਅੱਜ ਤੋਂ ਬਾਅਦ ਜਿਵੇਂ ਔਨਲਾਈਨ ਤੁਸੀਂ ਔਡਰ ਕਰਨਾ ਚਾਹੁੰਦੇ ਹੋ, ਕੋਈ ਵੀ ਪ੍ਰੋਡਕਟ ਚਾਹੀਦਾ, ਕੋਸਮੈਟਿਕ ਦਾ, ਗਿਫਟ ਟੋਇਜ਼, ਜਿਵੇਂ ਵੀ ਤੁਹਾਨੂੰ ਚਾਹੀਦੇ ਨੇ, ਤੁਸੀਂ ਔਨਲਾਈਨ ਔਡਰ ਕਰ ਸਕਦੇ ਹੋ। ਅਤੇ ਸਾਡੇ ਨੰਬਰ ਹੇਠਾਂ ਦਿੱਤੇ ਗਏ ਨੇ, ਨੰਬਰ ਇੱਕ ਵਾਰੀ ਬੋਲ ਦਿਓ ਪਲੀਜ਼। 7007009343331। ਇੱਕ ਵਾਰੀ ਰਿਪੀਟ ਕਰ ਦਿਓ, 7009343431। ਤੁਸੀਂ ਇੰਸਟਾਗ੍ਰਾਮ, ਯੂਟਿਊਬ, ਵਟਸਐਪ 'ਤੇ ਵੀ, ਫੇਸਬੁੱਕ 'ਤੇ ਵੀ ਸਾਨੂੰ ਔਡਰ ਕਰ ਸਕਦੇ ਹੋ, ਅਤੇ ਹੇਠਾਂ ਸਾਰੀਆਂ ਆਈਡੀਆਂ ਲਿਖੀਆਂ ਹੋਣਗੀਆਂ, ਤੁਸੀਂ ਜਦੋਂ ਮਰਜ਼ੀ ਔਡਰ ਕਰਕੇ ਸਾਨੂੰ ਦੱਸ ਦਿਓ। ਥੈਂਕ ਯੂ ਸੋ ਮਚ ਗਾਇਸ। ਲੈ ਵੀ ਇਹ ਵੀਡੀਓ ਨਾ ਹੁਣ ਆਪਾਂ ਥੋੜ੍ਹੀ ਜਿਹੀ ਐਡਿਟ ਕਰ ਲੈਂਦੇ ਹਾਂ, ਜਿੱਥੇ ਥੋੜ੍ਹੀ ਬਹੁਤੀ ਕਟਿੰਗ ਹੈ। ਠੀਕ ਹੈ, ਇਹ ਆਪਾਂ ਅਪਲੋਡ ਕਰ ਦਿੰਦੇ ਹਾਂ ਸਾਰੇ ਹੈਂਡਲਸ ਉੱਦਾਂ ਭਾਈ, ਨੰਬਰ ਲਿਖ ਦਿਓ ਜਿਵੇਂ ਹੁਣ ਭਾਅ ਜੀ ਨੇ ਬੋਲਿਆ ਸੀ ਨਾ ਉਹਨੀ 'ਤੇ। ਹਾਂ, ਇੱਕ ਲੇਅਰ ਲਾ ਦਿੰਦੇ ਹਾਂ, ਹਾਂਜੀ ਹਾਂਜੀ, ਅਤੇ ਸਾਰੇ ਅਕਾਊਂਟਸ 'ਤੇ ਪਾ ਦਿੰਦੇ ਹਾਂ, ਜਿਵੇਂ ਵੀ ਕੋਈ ਔਡਰ ਆਊਗਾ, ਅਤੇ ਅਪ ਟੂ ਡੇਟ ਆਪਾਂ ਫੋਟੋਸ ਵੀ ਪਾਉਂਦੇ ਰਹਾਂਗੇ। ਠੀਕ ਹੈ, ਠੀਕ ਹੈ ਵੀਰੇ, ਅਤੇ ਤੁਸੀਂ ਆਹ ਕਰੋ, ਅਤੇ ਹਾਂ ਸਨੀ ਲਾਡੀ ਉਰੇ ਆਓ। ਹਾਂਜੀ,
ਸਨੀ ਲਾਡੀ 2:30 ਵਜੇ ਕੁੜੀਆਂ ਆ ਜਾਣਗੀਆਂ ਠੀਕ ਹੈ ਤੁਸੀਂ ਮੌਸਮ ਠੀਕ ਹੈ ਅਤੇ 2 ਵਜੇ ਨਿਕਲਣਾ ਠੀਕ ਹੈ ਠੀਕ ਹੈ ਜੀ ਅਤੇ ਤੁਹਾਨੂੰ ਮੈਂ ਨਾ ਇੱਕ ਆਪਾਂ ਨਵਾਂ ਪ੍ਰੋਜੈਕਟ ਜਿਹੜਾ ਨਾ ਆਪਾਂ ਟਾਈ ਅਪ ਹੋਇਆ ਆਪਣਾ ਠੀਕ ਹੈ ਇਹ ਕੰਪਨੀ ਹੈਗੀ ਗੁਰੂ ਔਰ ਠੀਕ ਹੈ ਅਤੇ ਇਹਦੇ ਨਾ ਕਾਫੀ ਪ੍ਰੋਡਕਟ ਅੱਛੇ ਨੇ ਮੈਂ ਸਾਰੀ ਜਾਣਕਾਰੀ ਇਕੱਠੀ ਕਰ ਲਈ ਹੈ ਠੀਕ ਹੈ ਮੈਂ ਜਿੱਦਾਂ ਜਿੱਦਾਂ ਤੁਹਾਨੂੰ ਸਮਝਾਉਣਾ ਤੁਸੀਂ ਅੱਗੇ ਜਾ ਕੇ ਦੁਕਾਨਦਾਰ ਨੂੰ ਉੱਦਾਂ ਹੀ ਸਮਝਾਉਣਾ ਠੀਕ ਹੈ ਵੀਰੇ ਠੀਕ ਹੈ ਜੀ ਇਹ ਆਪਾਂ ਔਨਲਾਈਨ ਵੀ ਪਾਵਾਂਗੇ ਜੇ ਡਾਇਰੈਕਟ ਕਸਟਮਰ ਨੇ ਲੈਣਾ ਹੋਇਆ ਪ੍ਰੋਡਕਟ ਤਾਂ ਆਪਣੇ ਕੋਲੋਂ ਲੈ ਲਿਆ ਕਰਨਗੇ ਜੇ ਦੁਕਾਨਦਾਰ ਦੀ ਸਕੀਮ ਜਿਹੜੀ ਉਹ ਤੁਹਾਨੂੰ ਮੈਂ ਅਲੱਗ ਦੱਸੂੰਗਾ ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਕਰਨਾ ਕੀ ਆ ਜਿਵੇਂ ਹੁਣ ਐਂਟੀ ਏਜਿੰਗ ਕਰੀਮ ਹੈ ਹਾਂਜੀ ਸਭ ਤੋਂ ਪਹਿਲਾਂ ਇਹ ਕਹਿਣਾ ਕਿ ਵਿਦਆਊਟ ਕੈਮੀਕਲ ਹੈ ਠੀਕ ਹੈ ਜੀ ਠੀਕ ਹੈ ਹਰ ਇੱਕ ਪ੍ਰੋਡਕਟ ਵਿਦਆਊਟ ਇਹ ਸਾਰੇ ਜਿੰਨੇ ਵੀ ਪ੍ਰੋਡਕਟ ਹੈਗੇ ਨੇ ਆਪਣੇ ਕੋਲ ਉਹ ਵਿਦਆਊਟ ਕੈਮੀਕਲ ਨੇ ਠੀਕ ਹੈ ਜੀ ਠੀਕ ਹੈ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਓਕੇ ਸਕਿਨ 'ਤੇ ਜਾਂ ਕਿਤੇ ਵੀ ਤੁਸੀਂ ਉਹ ਚੀਜ਼ ਨੂੰ ਯੂਜ਼ ਕਰ ਰਹੇ ਹੋ ਠੀਕ ਹੈ ਐਂਟੀ ਏਜਿੰਗ ਠੀਕ ਹੈ ਜੀ ਵਾਈਟਨਿੰਗ ਕਰੀਮ ਠੀਕ ਹੈ ਜੀ ਆਹ ਫੇਸ ਵਾਸ਼ ਨੇ ਹਾਂਜੀ ਹਾਂਜੀ ਸਕਿਨ ਵਾਈਟਨਿੰਗ ਵਾਲਾ ਅਤੇ ਐਂਟੀ ਏਜਿੰਗ ਓਕੇ ਓਕੇ ਅਤੇ ਆਹ ਦੋਨੇ ਸੇਮ ਜਿਵੇਂ ਹੋ ਗਏ ਠੀਕ ਹੈ ਜਿੰਨਾ ਵੀ ਇੱਥੇ ਐੱਮ ਆਰ ਪੀ ਹੈ ਜਿੰਨਾ ਵੀ ਇੱਥੇ ਐੱਮ ਆਰ ਪੀ ਹੈ ਜਿਵੇਂ ਇਹਦੇ 'ਤੇ ਐੱਮ ਆਰ ਪੀ ਹੈਗਾ 1000 ਰੁਪਈਆ ਹਾਂਜੀ ਤਾਂ ਉਹਨਾਂ ਨੂੰ ਕਹੋ ਤੁਸੀਂ ਕਸਟਮਰ ਨੂੰ 20% ਡਿਸਕਾਊਂਟ ਦੇਣਾ ਓਕੇ 1000 ਦੇ ਵਿੱਚੋਂ 20% ਕੱਟਿਆ ਤਾਂ 800 ਰੁਪਏ ਰਹਿ ਗਏ ਕਸਟਮਰ ਦੀ ਸੇਲ ਪ੍ਰਾਈਸ ਹੈਗਾ 800 ਰੁਪਈਆ ਠੀਕ ਇੱਕ ਵਾਰੀ ਕਸਟਮਰ ਨੇ ਯੂਜ਼ ਕਰ ਲਿਆ ਤਾਂ ਉਹ ਰਿਪੀਟ ਬਣੂਗਾ ਠੀਕ ਹੈ ਜੀ ਰੈਗੂਲਰ ਵਿਕਣ ਵਾਲੇ ਪ੍ਰੋਡਕਟ ਨੇ ਠੀਕ ਹੈ ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਤੁਸੀਂ ਮੈਨੂੰ ਕਾਲ ਕਰਨੀ ਹੈ ਠੀਕ ਹੈ ਭਾਜੀ ਇਨ ਕੇਸ ਕੋਈ ਦੁਕਾਨਦਾਰ ਮੰਨਦਾ ਕਿ ਅਸੀਂ ਇਹ ਪ੍ਰੋਡਕਟ ਰੱਖਣੇ ਨੇ ਠੀਕ ਹੈ ਅਤੇ ਉਹਨਾਂ ਦੀ ਮੇਰੇ ਨਾਲ ਗੱਲ ਕਰਵਾਉਣੀ ਤੁਸੀਂ ਕਾਲ 'ਤੇ ਠੀਕ ਹੈ ਜੀ ਕਿਉਂਕਿ ਇਹ ਉਹਨਾਂ ਦੇ ਜਿਹੜੇ ਮਾਰਜਨਸ ਹੋਣਗੇ ਉਹ ਆਪਾਂ ਅਲੱਗ ਤੋਂ ਦੇਵਾਂਗੇ ਉਹਨਾਂ ਨੂੰ ਓਕੇ ਜਿਹੜਾ ਮੈਂ ਤੁਹਾਨੂੰ ਪ੍ਰਾਈਸ ਦੱਸਿਆ ਕਸਟਮਰ ਸੇਲਿੰਗ ਪਰ ਹਾਂਜੀ ਕਸਟਮਰ ਸੇਲਿੰਗ ਠੀਕ ਹੈ ਇਹ ਜਿਹੜੇ ਪ੍ਰੋਡਕਟ ਨਾ ਇੱਥੇ ਆਉਣ ਵਾਲੇ ਟਾਈਮ 'ਚ ਹੋਰ ਸਕੀਮਾਂ ਬਹੁਤ ਆਉਣਗੀਆਂ ਕਈ ਵਾਰੀ ਇੱਦਾਂ ਵੀ ਹੋਊਗਾ ਇੱਕ ਨਾ ਇੱਕ ਪ੍ਰੋਡਕਟ ਫਰੀ ਵੀ ਦੇਵਾਂਗੇ ਜਾਂ ਇੱਦਾਂ ਹੋਊਗਾ 3 ਨਾਲ 1 ਫਰੀ 4 ਨਾਲ 1 ਫਰੀ ਹੈ ਨਾ ਹਾਂਜੀ ਇਹ ਟਾਈਮ ਟੂ ਟਾਈਮ ਬਦਲਦੇ ਰਹਿਣਗੇ ਉਹਨਾਂ ਨੂੰ ਆਪਣਾ ਕੰਟੈਕਟ ਨੰਬਰ ਦੇ ਕੇ ਆਇਓ ਠੀਕ ਹੈ ਜੀ ਆਪਣੇ ਇੰਸਟਾਗ੍ਰਾਮ ਫੇਸਬੁੱਕ ਹੈਂਡਲਸ ਬਾਰੇ ਦੱਸ ਕੇ ਆਇਓ ਤਾਂ ਕਿ ਉਹ ਅਪਡੇਟ ਵੀ ਰਹਿਣ ਅਤੇ ਆਪਣੇ ਨਾਲ ਗੱਲ ਕਰਦੇ ਰਹਿਣ ਆਪਣੇ ਟੱਚ 'ਚ ਰਹਿਣ ਠੀਕ ਹੈ ਅਤੇ ਉਹਨਾਂ ਦੇ ਨੰਬਰ ਲੈ ਕੇ ਆਉਣੇ ਆ ਹਾਂਜੀ ਠੀਕ ਹੈ ਡਨ ਠੀਕ ਹੈ ਆਹ ਜਿਵੇਂ ਸ਼ੈਂਪੂ ਹੈ ਠੀਕ ਹੈ ਬਾਬਾ ਜੀ ਇਹਨਾਂ ਨੂੰ ਸਮਝਾਓ ਇਹਦੇ ਬਾਰੇ ਅਤੇ ਪੂਰੀ ਤਰ੍ਹਾਂ ਰੈਡੀ ਕਰਕੇ ਮਾਰਕੀਟ ਭੇਜੋ ਵੈਸੇ ਭਾਅ ਜੀ ਜਿਹੜਾ ਪ੍ਰੋਡਕਟ ਆ ਕਦੇ ਦੇਖਿਆ ਨੀਗਾ ਆਪਾਂ ਮਾਰਕੀਟ 'ਚ ਹੁਣ ਆਪਾਂ ਪਹਿਲਾਂ ਵੀ ਵੇਚਦੇ ਆ ਰਹੇ ਸਮਾਨ ਐਕਚੁਅਲੀ ਬਹੁਤ ਬ੍ਰਾਂਡ ਨੇ ਮਾਰਕੀਟ ਦੇ ਵਿੱਚ ਬਹੁਤ ਬ੍ਰਾਂਡ ਨੇ ਹਰੇਕ ਦੀ ਆਪਣੀ ਖੂਬੀਆਂ ਨੇ ਆਪਣੀਆਂ ਕਮੀਆਂ ਨੇ ਠੀਕ ਹੈ ਜੀ ਹੁਣ ਜਿਹੜਾ ਇਹ ਬ੍ਰਾਂਡ ਹੈ ਗੁਰੂ ਔਰਾ ਬ੍ਰਾਂਡ ਠੀਕ ਹੈ ਇਹ ਆਪਣਾ ਬ੍ਰਾਂਡ ਹੈ ਜਿਵੇਂ ਆਪਣੇ ਕੋਲ ਪੰਜਾਬ ਦੀ ਡਿਸਟ੍ਰੀਬਿਊਸ਼ਨ ਹੈ ਅੱਛਾ ਜੀ ਠੀਕ ਹੈ ਹੁਣ ਆਪਾਂ ਜੇ ਸੋਚਿਆ ਔਨਲਾਈਨ ਕੰਮ ਸ਼ੁਰੂ ਕਰਨਾ ਹੀ ਹੈ ਤਾਂ ਕਿਉਂ ਨਾ ਆਪਾਂ ਡਿਸਟ੍ਰੀਬਿਊਸ਼ਨ ਲੈ ਕੇ ਡਿਸਟ੍ਰੀਬਿਊਟਰ ਬਣ ਕੇ ਫਿਰ ਸ਼ੁਰੂ ਕਰੀਏ ਠੀਕ ਹੈ ਵਧੀਆ ਆਈਡੀਆ ਵੀਰੇ ਨਾਲੇ ਜਿਹੜੇ ਇਹ ਪ੍ਰੋਡਕਟ ਨੇ ਨਾ ਇਹ ਆਪਾਂ ਯੂਜ਼ ਕਰਦੇ ਸੀ ਪਹਿਲਾਂ ਆਪਣੇ ਘਰ 'ਚ ਰਿਜ਼ਲਟ ਅੱਛੇ ਆਏ ਆਪਾਂ ਕਹਿੰਦੇ ਮਾਰਕੀਟ ਦੇ ਵਿੱਚ ਪੋਜ਼ਿਟਿਵਿਟੀ ਆਵੇ ਮਾਰਕੀਟ ਦੇ ਵਿੱਚ ਜਿਹੜਾ ਯੂਜ਼ ਕਰੇ ਉਹਨੂੰ ਕੋਈ ਹਾਰਮਫੁਲ ਚੀਜ਼ ਨਾ ਹੋਵੇ ਹਾਂਜੀ ਹਾਂ ਠੀਕ ਹੈ ਇਹ ਬਾਬਾ ਜੀ ਬਾਬਾ ਸਮਝਾਉਂਦਾ ਤੁਹਾਨੂੰ ਅਤੇ ਤੁਸੀਂ ਇੱਦਾਂ ਹੀ ਮਾਰਕੀਟ ਜਾ ਕੇ ਸਮਝਾਉਣਾ ਠੀਕ ਹੈ 2-3 ਘੰਟੇ ਮਾਰਕੀਟ ਲਾ ਕੇ ਆਓ ਆਰਡਰ ਆਊਗਾ ਤਾਂ ਵੀ ਠੀਕ ਆ ਨਹੀਂ ਆਊਗਾ ਤਾਂ ਵੀ ਠੀਕ ਠੀਕ ਹੈ ਚਲੋ ਗੁੱਡ ਲੱਕ ਇਹ ਗੁਰੂ ਔਰ ਤੁਹਾਨੂੰ ਬੈਗ ਦਿੰਦੇ ਆ ਪ੍ਰੋਪਰ ਠੀਕ ਹੈ ਜਿੱਥੇ ਤੁਸੀਂ ਦੁਕਾਨ 'ਤੇ ਜਾਂਦੇ ਹੋ ਠੀਕ ਹੈ ਉਹਨਾਂ ਨੂੰ ਇਕੱਲੇ ਇਕੱਲੇ ਪ੍ਰੋਡਕਟ ਦੇ ਬੈਨੀਫਿਟ ਦੱਸੋ ਬੈਨੀਫਿਟ ਦੱਸੋਗੇ ਤਾਂ ਉਹਦੇ ਮਨ 'ਚ ਇਸ ਚੀਜ਼ ਆਊਗੀ ਕਿ ਸਾਨੂੰ ਇਹ ਚੀਜ਼ ਲੈਣੀ ਚਾਹੀਦੀ ਠੀਕ ਹੈ ਜਦੋਂ ਇਹ ਮੰਨਦਾ ਨਾਲ ਹੀ ਸਾਡੇ ਨਾਲ ਗੱਲ ਕਰਵਾ ਦਿਓ ਠੀਕ ਹੈ ਜੀ ਠੀਕ ਹੈ ਵਧੀਆ ਤਰੀਕੇ ਨਾਲ ਮਾਰਕੀਟਿੰਗ ਕਰਨੀ ਆ ਹਾਂਜੀ ਹਾਂਜੀ ਵੀਰੇ ਫਿਕਰ ਨਾ ਕਰੋ ਤੁਸੀਂ ਓਕੇ ਹਾਂਜੀ ਚਲੋ ਤਿਆਰੀ ਖਿੱਚ ਲਓ ਇਹਨਾਂ ਨੂੰ ਇੱਕ ਇੱਕ ਜਿਵੇਂ ਸੈਂਪਲ ਹੈਗਾ ਨਾ ਦੋ ਦੋ ਸੈਂਪਲ ਬੈਗ 'ਚ ਤਿਆਰ ਕਰ ਦਿਓ ਠੀਕ ਹੈ ਤੁਸੀਂ ਉੱਧਰ ਜਾ ਕੇ ਕਰੋ ਸ਼ਾਬਾਸ਼ ਤੇ ਇਹਨਾਂ ਨੂੰ ਜਦੋਂ ਕੁੜੀਆਂ ਆਉਂਦੀਆਂ ਉਸ ਤੋਂ ਪਹਿਲਾਂ ਆਪਾਂ ਭੇਜ ਦੇਣਾ ਅੱਜ ਠੀਕ ਆ ਵੀਰੇ ਧਿਆਨ ਨਾਲ ਰੱਖ ਲਓ ਹਾਂਜੀ ਵੀਰੇ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਵਾ ਇਕੱਲੇ ਇਕੱਲੇ ਦੁਕਾਨਦਾਰ ਨੂੰ ਬ੍ਰੋਸ਼ਰ ਜ਼ਰੂਰ ਦੇ ਕੇ ਆਉਣਾ ਠੀਕ ਹੈ ਵੀਰੇ ਚਾਹੇ ਕੋਈ ਆਰਡਰ ਦਵੇ ਚਾਹੇ ਕੋਈ ਨਾ ਦੇ ਕੇ ਆਵੇ ਹਾਂਜੀ ਤੇ ਹਰੇਕ ਦੁਕਾਨਦਾਰ ਨਾਲ ਪਿਆਰ ਨਾਲ ਗੱਲ ਕਰਨੀ ਆ ਓਕੇ ਭਾਜੀ ਠੀਕ ਆ ਓਕੇ ਵੀਰੇ ਚਲੋ ਸ਼ਾਬਾਸ਼ ਬੈਸਟ ਆਫ ਲੱਕ ਜ਼ਰੂਰ ਕੋਈ ਨਾ ਕੋਈ ਆਰਡਰ ਲੈ ਕੇ ਆਵਾਂਗੇ ਭਾਜੀ ਹਾਂਜੀ ਵੀਰੇ ਠੀਕ ਆ ਆਵੇ ਚੱਲਿਓ ਮੁੰਡਿਓ ਹਾਂਜੀ ਵੀਰੇ ਚੱਲਿਓ ਜੀ ਚਲੋ ਧਿਆਨ ਰੱਖਿਓ ਠੀਕ ਹੈ ਇੱਕੋ ਮੋਟਰਸਾਈਕਲ ਤੇ ਚੱਲ ਦਿਓ ਅੱਜ ਠੀਕ ਹੈ ਜੀ ਠੀਕ ਹੈ ਵੀਰੇ ਇੱਕ ਜਣਾ ਸਮਾਨ ਦਿਖਾ ਦਿਓ ਇੱਕ ਜਣਾ ਬ੍ਰੋਸ਼ਰ ਪੜਾ ਦਿਆ ਕਰੋ ਜੀ ਠੀਕ ਹੈ ਠੀਕ ਹੈ ਜੀ ਤੇ ਸਾਰਿਆਂ ਨੂੰ ਧਿਆਨ ਨਾਲ ਗੱਲ ਕਰਨੀ ਜਿੱਥੇ ਕੋਈ ਗੱਲ ਸਮਝ ਨਹੀਂ ਆਉਂਦੀ
ਮੈਨੂੰ ਕਾਲ ਕਰਨੀ ਆ ਓਕੇ ਵੀਰੇ ਮੇਰੀ ਗੱਲ ਕਰਵਾ ਦਿਓ ਉਹਨਾਂ ਨਾਲ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹੌਸਲੇ ਨਾਲ ਜਾਣਾ ਠੀਕ ਹੈ ਵੀਰੇ ਮੋਟੀਵੇਟ ਹੋ ਕੇ ਰਹਿਣਾ ਓਕੇ ਵੀਰੇ ਹੌਸਲਾ ਨਹੀਂ ਛੱਡਣਾ ਠੀਕ ਹੈ ਆਰਡਰ ਆਊਗਾ ਤਾਂ ਵੀ ਠੀਕ ਹੈ ਨਹੀਂ ਆਊਗਾ ਤਾਂ ਵੀ ਠੀਕ ਹੈ ਕੋਈ ਨਹੀਂ ਵੀਰੇ ਮਤਲਬ ਲੈ ਕੇ ਆਵਾਂਗੇ ਆਰਡਰ ਕੋਈ ਤਾਂ ਅਸੀਂ ਚਲੋ ਮੈਨੂੰ ਪੂਰਾ ਭਰੋਸਾ ਤੁਹਾਡੇ ਤੇ ਚਲੋ ਸ਼ਾਬਾਸ਼ ਓਕੇ ਭਾਜੀ ਧਿਆਨ ਨਾਲ ਸਾਰੀ ਉਮਰ ਯਾਦ ਰਹਿੰਦੇ ਆ ਇੰਜੋਏ ਕਰਨੇ ਚਾਹੀਦੇ ਵੀਰੇ ਸਨੀ ਵੀਰਾ ਤੇ ਲਾਡੀ ਵੀਰਾ ਕਿੱਥੇ ਆ ਉਹ ਆਏ ਸੀਗੇ ਤੁਹਾਨੂੰ ਦੱਸਿਆ ਸੀ ਨਾ ਮਾਰਕੀਟ ਭੇਜਣਾ ਹਾਂਜੀ ਅੱਜ ਫਿਰ ਤੁਹਾਨੂੰ ਪਤਾ ਮੌਸਮ ਥੋੜਾ ਠੀਕ ਸੀਗਾ ਹੁਣੇ ਹੀ ਗਏ ਆ ਤੁਹਾਡੇ ਤੋਂ ਪਹਿਲਾਂ ਹੀ ਅੱਧਾ ਘੰਟਾ ਪਹਿਲਾਂ ਹੀ ਗਏ ਆ ਤੇ 6-7 ਵਜੇ ਆ ਜਾਣਗੇ ਠੀਕ ਹੈ ਤੇ ਵੀਰੇ ਕੋਈ ਕੰਮ ਦੱਸੋ ਹੁਣ ਆ ਦੇਖੋ ਕੰਮ ਹੀ ਹੈ ਲਾਓ ਇਹਨਾਂ ਨੂੰ ਤੇ ਥੋੜਾ ਸਾਫ਼ ਕਰਕੇ ਨਾ ਇੱਥੇ ਟਿਕਾ ਦਿਓ ਠੀਕ ਹੈ ਆ ਜਾਓ ਅੰਦਰ ਆ ਜਾਓ ਸ਼ਾਬਾਸ਼ ਇੱਧਰੋਂ ਆਓ ਇੱਧਰੋਂ 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 ਸੀਰੀਅਲ ਵਾਈਜ਼ ਲਾਇਓ ਤਾਂ ਕਿ ਲੱਭਣੇ ਨਾ ਸੌਖੇ ਰਹਿਣ ਜਦੋਂ ਕਸਟਮਰ ਆਊਗਾ ਠੀਕ ਹੈ ਹਾਂਜੀ ਕੀ ਬੰਦੇ ਮੈਂ ਸਾਰੇ ਚੈਨਲ ਤੇ ਨਾ ਫੋਟੋਜ਼ ਔਰ ਵੀਡੀਓਜ਼ ਪਾਤੀ ਆ ਓਕੇ ਪਰ ਹਾਲੇ ਵਿਊਜ਼ 8 ਨੂੰ ਹੀ ਆਏ ਨੇ ਵੀਰੇ ਤੇ ਯਾਰ ਨਵੇਂ ਚੈਨਲ ਨੇ ਹੌਲੀ ਹੌਲੀ ਕਰਨਗੇ ਐਦਾਂ ਕਰਨਾ ਜਿਹੜੇ ਆਪਣੇ ਕਸਟਮਰਸ ਦੇ ਨੰਬਰ ਡਾਟਾ ਆਪਣੇ ਕੋਲ ਹੈਗਾ ਹਾਂਜੀ ਵੀਰੇ ਇੱਕ ਬ੍ਰੌਡਕਾਸਟ ਲਿਸਟ ਬਣਾਓ ਠੀਕ ਆ ਇੱਕੋ ਵਾਰ 'ਚ ਉਹਨਾਂ ਨੂੰ ਭੇਜ ਦਿਆ ਕਰੋ ਕੋਈ ਨਾ ਕੋਈ ਕਲਿੱਕ ਹੋ ਜਾਂਦਾ ਆਰਡਰ ਆਊਗਾ ਆਰਡਰ ਨਹੀਂ ਆਊਗਾ ਤਾਂ ਆਫਲਾਈਨ ਫੋਟੋ ਜਿਹੜੇ ਦੇਖਦੇ ਨੇ ਆਪਣੇ ਅਤੇ ਕਸਟਮਰ ਆਇਆ ਕਰਨਗੇ ਠੀਕ ਹੈ ਹੌਸਲਾ ਨਹੀਂ ਛੱਡਣਾ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਇਹ ਕੰਮ ਹੌਲੀ ਹੌਲੀ ਸਹਿਜੇ ਸਹਿਜੇ ਚੱਲਦੇ ਹੁੰਦੇ ਨੇ ਠੀਕ ਹੈ ਹੁਣ ਇੱਦਾਂ ਕਰਨਾ ਉਹ ਆਹ ਜਿਹੜੀਆਂ ਬੋਟਲਸ ਆਈਆਂ ਨੇ ਪਾਣੀ ਵਾਲੀਆਂ ਹਾਂਜੀ ਵੀਰੇ ਬੱਚਿਆਂ ਵਾਲੀਆਂ ਟਿਫਨ ਆਏ ਨੇ ਹੈ ਨਾ ਇਹ ਭੇਜ ਹੁਣ ਗਰਮੀ ਹੈਗੀ ਨਾ ਬੋਟਲਸ ਜ਼ਿਆਦਾ ਵਿਕਣਗੀਆਂ ਠੀਕ ਹੈ ਅਤੇ ਡਿਜ਼ਾਈਨ ਦੇਖ ਕੇ ਫਿਰ ਕਸਟਮਰ ਆਊਗਾ ਹਾਂ ਸਾਰੀਆਂ ਦੀ ਪਾ ਦੇ ਧਿਆਨ ਨਾਲ ਹੈ ਬੱਚਿਓ ਧਿਆਨ ਨਾਲ ਜਾਇਓ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯਾਰ ਉਹ ਵੀ ਨਹੀਂ ਆਏ ਲਾਡੀ ਹੁਣੇ ਵੀਰੇ ਮੇਰੀ ਗੱਲ ਹੋਈ ਸੀ 6:30 ਅੱਛਾ ਕਹਿ ਰਹੇ ਸੀਗੇ ਕਿ ਆ ਰਹੇ ਅਸੀਂ ਵਾਪਸ ਪਰ ਹੁਣ ਤਾਂ ਯਾਰ 8:10 ਹੋ ਗਏ ਤਾਂ ਵੀਰੇ ਕਾਫੀ ਹੋ ਗਿਆ ਸਤਿ ਸ਼੍ਰੀ ਅਕਾਲ ਆ ਗਏ ਹੋ ਹਾਂਜੀ ਹਾਂਜੀ ਵੀਰੇ ਵੀਰੇ ਅਸੀਂ ਸਾਰੀ ਮਾਰਕੀਟ ਦੇ ਬ੍ਰਾਊਸ਼ਰ ਵੀ ਅਸੀਂ ਵੰਡਤੇ ਆ ਪਰ ਵੀਰੇ ਆਰਡਰ ਕੋਈ ਨਹੀਂ ਮਿਲਿਆ ਹਾਲੇ ਤੱਕ ਕੋਈ ਵੀ ਆਰਡਰ ਨਹੀਂ ਮਿਲਿਆ ਨਹੀਂ ਭਾਜੀ ਨਹੀਂ ਵੀਰੇ ਅਸੀਂ ਕੋਸ਼ਿਸ਼ ਪੂਰੀ ਕੀਤੀ ਉਹਨਾਂ ਨੂੰ ਸਾਰਾ ਕੁਝ ਦੱਸਿਆ ਆਪਣੇ ਪ੍ਰੋਡਕਟ ਬਾਰੇ ਪਰ ਆਰਡਰ ਨਹੀਂ ਮਿਲਿਆ ਭਾਜੀ ਅਸੀਂ ਉਹਨਾਂ ਨੂੰ ਨੰਬਰ ਵੀ ਦੇ ਤੇ ਆ ਵੀਰੇ ਪਰ ਆਪਣੇ ਅਤੇ ਉਹਨਾਂ ਦੇ ਨੰਬਰ ਵੀ ਲੈ ਆਏ ਹਾਂ ਅਸੀਂ ਕਿੰਨੇ ਕੁ ਦੁਕਾਨਾਂ 'ਤੇ ਗਏ ਸੀਗੇ ਚੰਗੀ ਤਰ੍ਹਾਂ ਸਮਝਾਇਆ ਇਹਦੇ ਬੈਨੀਫਿਟਸ ਦੱਸੇ ਤੇ ਆਹ ਵੀ ਦੱਸਿਆ ਵਿੱਚ ਕੈਮੀਕਲ ਨਹੀਂ ਹੈਗਾ ਸਾਰੇ ਨੈਚੁਰਲ ਪ੍ਰੋਡਕਟ ਨੇ ਕਈਆਂ ਨੇ ਤਾਂ ਆਪ ਹੀ ਸਾਡੇ ਤੋਂ ਸਾਡਾ ਨੰਬਰ ਲਿਆ ਵਾ ਅੱਛਾ ਹਾਂਜੀ ਕਹਿੰਦੇ ਤੁਹਾਨੂੰ ਦੱਸ ਦਾਂਗੇ ਜੇ ਲੋੜ ਹੋਊਗੀ ਤਾਂ ਠੀਕ ਹੈ ਤੇ ਫਿਰ ਮੂੰਹ ਕਿਉਂ ਲਟਕਾਇਆ ਪਰ ਸਾਨੂੰ ਉਮੀਦ ਸੀਗੀ ਵੀ ਅਸੀਂ ਨਵਾਂ ਕੰਮ ਖੋਲ੍ਹਿਆ ਕੁਛ ਨਾ ਕੁਛ ਆਰਡਰ ਤਾਂ ਲੈ ਕੇ ਆਈਏ ਅਤੇ ਤੁਹਾਨੂੰ ਵੀ ਖੁਸ਼ੀ ਹੋਵੇ ਅਸੀਂ ਕੰਮ ਕਰਦੇ ਪਏ ਹਾਂ ਵਧੀਆ ਦੇਖ ਮੈਨੂੰ ਇਹ ਖੁਸ਼ੀ ਆ ਕਿ ਤੁਸੀਂ ਮਿਹਨਤ ਕਰਕੇ ਆਏ ਹੋ ਠੀਕ ਹੈ
ਤੁਸੀਂ ਦੁਕਾਨਾਂ 'ਤੇ ਜਾ ਕੇ ਆਇਓ, ਸਮਝਾ ਕੇ ਆਇਓ, ਮੈਨੂੰ ਇੰਨੇ 'ਚ ਹੀ ਖੁਸ਼ੀ ਹੈ। ਪਹਿਲੇ ਦਿਨ ਕਿਹੜਾ ਔਡਰ ਆਊਗਾ ਯਾਰ? ਇੰਨਾ ਤਾਂ ਮੈਨੂੰ ਵੀ ਪਤਾ ਸੀ ਕਿ ਪਹਿਲੇ ਦਿਨ ਔਡਰ ਨਹੀਂ ਆਉਣਾ, ਪਰ ਮੈਂ ਤੁਹਾਨੂੰ ਕਹਿ ਕੇ ਭੇਜਿਆ ਸੀਗਾ ਕਿ ਹੌਸਲਾ ਨਹੀਂ ਛੱਡਣਾ। ਆਹ ਮੈਨੂੰ ਲਟਕੇ ਹੋਏ ਮੂੰਹ ਨਹੀਂ ਚਾਹੀਦੇ, ਹਮੇਸ਼ਾ ਸਮਾਈਲਿੰਗ ਫੇਸ ਚਾਹੀਦੀ ਹੈ, ਕਿਉਂਕਿ ਸੇਲਸਮੈਨ ਦੀ ਸਭ ਤੋਂ ਪਹਿਲੀ ਜਿਹੜੀ ਪਹਿਚਾਣ ਹੁੰਦੀ ਹੈ ਨਾ, ਉਹ ਸਮਾਈਲਿੰਗ ਫੇਸ ਹੁੰਦਾ। ਤੁਸੀਂ ਹਰੇਕ ਬੰਦੇ ਨੂੰ ਹੱਸ ਕੇ ਮਿਲੋ, ਅਗਲਾ ਬੰਦਾ ਨਾ ਵੀ ਕਰ ਰਿਹਾ ਨਾ, ਅਗਲੇ ਬੰਦੇ ਨੇ ਵੀ ਹੋਊਗਾ ਯਾਰ ਮੈਂ ਇਹਨੂੰ ਕਿਉਂ ਨਾ ਕਰਤੀ। ਹਾਂਜੀ ਠੀਕ ਹੈ। ਸੈਕਿੰਡ ਥਿੰਗ, ਕੋਈ ਵੀ ਚੀਜ਼ ਜਦੋਂ ਸਟਾਰਟ ਕਰਨੀ ਹੁੰਦੀ ਨਾ, ਜ਼ੀਰੋ ਤੋਂ ਹੀ ਹੁੰਦੀ ਹੈ। ਐਡੀਆਂ ਐਡੀਆਂ ਕੰਪਨੀਆਂ ਨੇ, ਕੋਕਾ ਕੋਲਾ ਬਾਰੇ ਸੁਣਿਆ? ਪੀਤੀ ਹੋਣੀ ਹੈ ਨਾ ਕੋਲਡ ਡਰਿੰਕ? ਹਾਂਜੀ ਹਾਂਜੀ। ਉਹਦੀ ਪਹਿਲੇ ਦਿਨ ਦੀ ਸੇਲ ਕਿੰਨੀ ਸੀ ਪਤਾ? ਨਹੀਂ ਭਾਈ, ਕਰੋੜਾਂ ਚ ਹੀ ਹੋ ਗਈ ਉਹਦੀ ਸੇਲ। ਜ਼ੀਰੋ ਜ਼ੀਰੋ ਜੀ। ਈਵਨ ਪਹਿਲੇ ਸਾਲ 'ਚ ਵੀ ਬਹੁਤ ਘੱਟ ਉਹਨੇ ਬੋਟਲਸ ਵੇਚੀਆਂ ਸੀ, ਡਾਲੇ ਨਹੀਂ ਬੋਟਲਸ। ਕਿਉਂਕਿ ਕੋਈ ਵੀ ਮਾਰਕੀਟ 'ਚ ਚੀਜ਼ ਆਉਂਦੀ ਹੈ ਨਾ, ਉਹਨੂੰ ਟਾਈਮ ਲੱਗਦਾ। ਜੇ ਸਮਾਂ ਨਹੀਂ ਲੱਗੂਗਾ ਨਾ, ਤਾਂ ਫਿਰ ਉਹ ਫਲ ਵੀ ਹੁੰਦਾ ਨਹੀਂ ਆਉਣਗੇ। ਕਿਉਂਕਿ ਜੇ ਕੋਈ ਬੂਟਾ ਲਾਵਾਂਗੇ, ਉਹਨੂੰ ਪਾਣੀ ਦੇਵਾਂਗੇ, ਮੌਸਮ ਚੇਂਜ ਹੋਊਗਾ, ਰੁੱਤ ਨਵੀਂ ਆਊਗੀ, ਹਾਂਜੀ, ਵੱਡੇ ਹੋਣਗੇ, ਫਿਰ ਹੀ ਫਲ ਮਿਲੂਗਾ। ਪਹਿਲੇ ਦਿਨ ਫਲ ਮਿਲਣ ਲੱਗ ਗਏ ਤਾਂ ਸਾਰੀ ਦੁਨੀਆ ਨਾ ਅਮੀਰ ਹੋ ਜਾਏ। ਹਾਂਜੀ ਠੀਕ ਹੈ। ਹਰੇਕ ਚੀਜ਼ ਮਿਹਨਤ ਮੰਗਦੀ ਹੈ। ਤੁਸੀਂ ਮਿਹਨਤ ਕਰ ਰਹੇ ਹੋ ਨਾ? ਹਾਂਜੀ ਹਾਂਜੀ। ਜਿਹੜੇ ਬੰਦਿਆਂ ਦੇ 15-20 ਦੁਕਾਨਾਂ 'ਤੇ ਜਾ ਕੇ ਨੰਬਰ ਤੁਹਾਡੇ ਕੋਲ ਹੈਗੇ ਆ, ਹਾਂਜੀ, ਉਹਨਾਂ ਨੂੰ ਫੋਟੋਜ਼ ਭੇਜਾਂਗੇ, ਉਹਨਾਂ ਨੂੰ ਵੀਡੀਓਜ਼ ਭੇਜਾਂਗੇ। ਅੱਜ ਨਹੀਂ ਲਊਗਾ, ਕੱਲ੍ਹ ਨਹੀਂ ਲਊਗਾ, ਤੁਹਾਡਾ ਨੰਬਰ ਉਹਨਾਂ ਕੋਲ ਹੈਗਾ, 2 ਮਹੀਨੇ ਬਾਅਦ ਔਡਰ ਆ ਜੂ ਯਾਰ। ਮੈਨੂੰ ਇੰਨੀ ਖੁਸ਼ੀ ਆ ਸਾਰੇ ਕੋਲ ਪਹੁੰਚਦੇ ਪਏ। ਠੀਕ ਹੈ। ਕੱਲ੍ਹ ਨੂੰ ਆਪਾਂ ਫਿਰ ਜਾਣਾ, ਏਰੀਆ ਚੇਂਜ ਕਰਕੇ ਜਾਣਾ। ਠੀਕ ਹੈ, ਇੱਦਾਂ ਹੀ ਕੰਮ ਕਰਨਾ, ਅਤੇ ਮੈਨੂੰ ਲਟਕੇ ਹੋਏ ਮੂੰਹ ਨਹੀਂ ਸਹੀ। ਨਹੀਂ ਨਹੀਂ, ਅਸੀਂ ਸਮਝ ਗਏ ਤੁਹਾਡੀ ਗੱਲ, ਵੀ ਆਪਾਂ ਹਜੇ ਸਟਾਰਟਿੰਗ ਕੀਤੀ ਆ, ਹੌਲੀ ਹੌਲੀ ਵਧਣਾ ਅੱਗੇ। ਹਾਂ ਠੀਕ ਹੈ। ਜਦੋਂ ਉੱਤੇ ਨੂੰ ਜਾਣਾ ਹੋਵੇ ਨਾ, ਚੜ੍ਹਨਾ ਹੋਵੇ, ਪਹਾੜਾਂ 'ਤੇ ਚੜ੍ਹਨਾ ਹੋਵੇ, ਤਾਂ ਜ਼ੋਰ ਕਿੰਨਾ ਲੱਗਦਾ? ਲੱਗਦਾ ਹੈ ਨਾ। ਜੇ ਨਿਵਾਣ ਨੂੰ ਜਾਣਾ ਹੋਵੇ ਫਿਰ ਜ਼ੋਰ ਨਹੀਂ ਲੱਗਦਾ। ਇਹ ਤਾਂ ਹੈ, ਆਪਾਂ ਜਾਣਾ ਉੱਚੀ ਚੋਟੀ 'ਤੇ। ਹਾਂਜੀ ਠੀਕ ਹੈ, ਹੌਸਲੇ ਰੱਖੋ। ਠੀਕ ਹੈ, ਹੌਸਲੇ ਬੁਲੰਦ ਹੋਣਗੇ ਤਾਂ ਕੰਮ ਵੀ ਵਧੀਆ ਹੋਣਗੇ। ਠੀਕ ਹੈ, ਕੱਲ੍ਹ ਨੂੰ ਹੋਰ ਵਧੀਆ ਮੋਟੀਵੇਟ ਹੋ ਕੇ ਜਾਣਾ। ਠੀਕ ਹੈ ਭਾਈ। ਅਤੇ ਤੁਹਾਨੂੰ ਨੈਗੇਟਿਵ ਕਰਨ ਵਾਲੇ ਬਹੁਤ ਲੋਕ ਮਿਲਣਗੇ ਤੁਹਾਨੂੰ, ਉਹਨਾਂ ਦੀ ਗੱਲ ਵੱਲ ਧਿਆਨ ਨਹੀਂ ਦੇ। ਠੀਕ ਹੈ ਜੀ, ਰਾਈਟ, ਓਕੇ ਵੀਰੇ। ਚਲੋ, ਟਾਈਮ ਹੋ ਗਿਆ ਤੁਹਾਡੇ ਘਰ ਜਾਣ ਦਾ ਵੀ। ਹਾਂਜੀ, ਅਤੇ ਕੋਈ ਤੁਹਾਡਾ ਜੇ ਸਮਾਨ ਪਿਆ ਤਾਂ ਦੇਖ ਲਓ, ਅਤੇ ਬਹਿਣਾ ਥੋੜ੍ਹੀ ਦੇਰ ਰੈਸਟ ਕਰਨੀ ਕਰ ਲਓ। ਠੀਕ ਹੈ? ਠੀਕ ਹੈ ਵੀਰੇ, ਚਲੋ ਸ਼ਾਬਾਸ਼, ਥੋੜ੍ਹੀ ਦੇਰ ਰੈਸਟ ਕਰ ਲੈਂਦੇ ਹਾਂ। ਮੈਨੂੰ ਲੱਗਦਾ ਵੀਰੇ ਤੁਸੀਂ ਪੁੱਠਾ ਪੰਗਾ ਲੈ ਲਿਆ ਵਾ। ਕਿਹੜਾ? ਵੀਰੇ ਸਾਰੀ ਦਿਹਾੜੀ ਇਹ ਜਾ ਕੇ ਆਏ ਨੇ, ਕੋਈ ਔਡਰ ਵੀ ਨਹੀਂ ਮਿਲਿਆ, ਉੱਤੋਂ 200-300 ਦਾ ਪੈਟਰੋਲ ਵੀ ਫੂਕ ਆਏ ਨੇ। ਫਿਰ ਕੀ ਹੋ ਗਿਆ ਵੀਰੇ? ਵੀਡੀਓ ਵੀ ਪਾਈਆਂ, ਫੋਟੋ ਵੀ ਪਾਈਆਂ, ਉਹਨਾਂ ਦਾ ਵੀ ਵਿਊ ਨਹੀਂ ਕੋਈ ਆਇਆ, ਕੋਈ ਰਿਸਪੋਂਸ ਨਹੀਂ ਮਿਲਿਆ ਆਪਾਂ ਨੂੰ। ਪਹਿਲੇ ਦਿਨ 1 ਲੱਖ ਰੁਪਏ ਦਾ ਔਡਰ ਆ ਜੇ ਜਾਂ 50,000 ਰੁਪਏ ਦਾ ਆ ਜੇ ਵੀਰੇ, ਕੁਛ ਤਾਂ ਔਡਰ ਆਵੇ ਨਾ। ਬਾਵੇ ਇਹ ਕੰਮ ਬੜਾ ਔਖਾ ਹੈ, ਸਮਾਂ ਮੰਗਦਾ ਇਹ, ਹਜੇ ਬਹੁਤ ਟਾਈਮ ਲੱਗਣਾ ਹੈ। ਪਹਿਲੇ ਦਿਨ ਹੀ ਆਪਾਂ ਢੇਰੀ ਢਾਈ ਜਾਂਦੇ ਹਾਂ, ਅਗਲਿਆਂ ਦੇ ਮੂੰਹ ਦੇਖ ਤਾਂ ਲਟਕੇ ਪਏ ਸੀ। ਕੱਲ੍ਹ ਨੂੰ ਆਪਾਂ ਭੇਜਣਾ ਕੀ ਕਹਿ ਕੇ ਭੇਜਾਂਗੇ ਯਾਰ? ਆਪਣੇ ਇਸ ਕੰਮ ਦੇ ਵਿੱਚ ਕਿੰਨੀ ਇਨਵੈਸਟਮੈਂਟ ਲੱਗੀ ਮੈਨੂੰ ਆਹ ਦੱਸ। ਵੀਰੇ ਇਨਵੈਸਟਮੈਂਟ ਤਾਂ ਜ਼ਿਆਦਾ ਨਹੀਂ ਲੱਗੀ, ਪਰ ਪੈਸੇ ਤਾਂ ਲੱਗੇ ਆ ਨਾ। ਫਿਰ ਵੀ ਤੂੰ ਇਹੋ ਜਿਹੇ ਲੋਕ ਵੀ ਤੈਨੂੰ ਮੈਂ ਦਿਖਾਊਂਗਾ ਜਿਹੜੇ 10-10, 20-20 ਲੱਖ ਲਾ ਕੇ ਵਿਹਲੇ ਬੈਠੇ ਨੇ ਯਾਰ, ਗਾਹਕ ਹੀ ਨਹੀਂ ਆ ਰਿਹਾ ਕੋਈ, ਜਾਂ ਔਨਲਾਈਨ ਇੰਨਾ ਪੈਸਾ ਖਰਚਦੇ ਨੇ, ਐਡ ਲਾਉਂਦੇ ਨੇ, ਸਭ ਕੁਛ ਕਰਦੇ ਨੇ, ਫਿਰ ਵੀ ਔਡਰ ਨਹੀਂ ਆ ਰਿਹਾ। ਆਪਾਂ ਤਾਂ ਯਾਰ ਕੁਛ ਲਾਇਆ ਹੀ ਨਹੀਂ, ਆਪਾਂ ਤਾਂ ਇੱਕ ਜਿਹੜੀ ਨਵਾਂ ਪ੍ਰੋਡਕਟ ਹੈਗਾ ਉਹੀ ਲਾਂਚ ਕਰ ਰਹੇ ਨਾ ਅਜੇ। ਕਿੰਨੀ ਕੁ ਇਨਵੈਸਟਮੈਂਟ ਲਾਤੀ ਆਪਾਂ ਯਾਰ? ਹੌਲੀ ਹੌਲੀ ਆਊਗਾ ਔਡਰ, ਹੌਸਲਾ ਰੱਖ। ਠੀਕ ਆ, ਕਦੇ ਵੀ ਨੈਗੇਟਿਵਿਟੀ ਦਿਮਾਗ 'ਚ ਨਹੀਂ ਲਿਆਉਣੀ, ਹਮੇਸ਼ਾ ਪੋਜ਼ਿਟਿਵ ਰਹੋ। ਜੇ ਮਾਰਕੀਟ 'ਚ ਟਿਕੇ ਰਹਿਣਾ ਨਾ, ਤਾਂ ਪੋਜ਼ਿਟਿਵ ਹੋ ਕੇ ਟਿਕੇ ਰਹਿਣਾ। ਅੱਜ ਨਹੀਂ ਰਿਜ਼ਲਟ ਆਊਗਾ, 2 ਮਹੀਨੇ ਬਾਅਦ ਆਊਗਾ, ਆਪਾਂ ਨੂੰ ਉਹ ਬੀਅਰ ਕਰਨਾ ਪੈਣਾ। ਠੀਕ ਹੈ? ਠੀਕ ਹੈ ਵੀਰੇ। ਤੂੰ ਆਹ ਜਿਹੜਾ ਕੰਮ ਕਰਦਾ ਨਾ, ਇਹਨੂੰ ਐਕੂਰੇਸੀ ਨਾਲ ਕਰ। ਠੀਕ ਹੈ ਵੀਰੇ।